ਪੰਜਾਬ ਵਿੱਚ ਜ਼ਿਆਦਾਤਰ ਐਨ ਆਰ ਆਈ ਲੋਕਾਂ ਦੀ ਜ਼ਮੀਨਾਂ 'ਤੇ ਕਬਜ਼ੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਮੁਸੀਬਤਾਂ ਦੇ ਹੱਲ ਕੱਢਣ ਲਈ ਪੰਜਾਬ ਵਿੱਚ ਐਨ ਆਰ ਆਈ ਥਾਣੇ ਵੀ ਬਣਾਏ ਗਏ ਸਨ। ਪਰ ਇੱਕ ਇਟਲੀ ਦੇ ਐਨ ਆਰ ਆਈ ਗੁਰਬੇਜ ਸਿੰਘ ਦੇ ਅਨੁਸਾਰ ਉਸ ਨੂੰ ਕਿਤੇ ਵੀ ਇਨਸਾਫ਼ ਨਹੀਂ ਮਿਲਿਆ। ਆਖਰ ਮਜਬੂਰ ਹੋ ਕੇ ਉਸ ਨੂੰ ਫਰੀਦਕੋਟ ਦੇ ਪਿੰਡ ਦਾਣਾ ਰਵਾਣਾ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹਨਾ ਪਿਆ। ਇਸ ਦੌਰਾਨ ਪਿੰਡ ਦੇ ਸਰਪੰਚ ਅਤੇ ਹੋਰ ਲੋਕਾਂ ਨੇ ਵੀ ਪੀੜਤ ਗੁਰਤੇਜ ਨੂੰ ਸਮਝਾ ਕੇ ਨੀਚੇ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਗੁਰਬੇਜ ਨੇ ਕਿਸੇ ਦੀ ਗੱਲ ਨਹੀਂ ਮੰਨੀ। ਇਸ ਦੌਰਾਨ ਪਿੰਡ ਦੇ ਸਰਪੰਚ ਹਰਬੰਸ ਸਿੰਘ ਨੇ ਦੱਸਿਆ ਕਿ ਇਹਨਾਂ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਸੀ ਜਿਸ 'ਤੇ ਐਨ ਆਰ ਆਈ ਥਾਣੇ 'ਚ ਸ਼ਿਕਾਇਤ ਵੀ ਸੀ ਪਰ ਕਈ ਵਾਰ ਸਮਝੌਤੇ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਸਿਰੇ ਨਹੀਂ ਚੜ੍ਹੀ। ਇਸ ਦੌਰਾਨ ਪੁਲਿਸ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਚ ਉਹਨੂੰ ਨੀਚੇ ਉਤਾਰਨ ਦੀ ਕੋਸ਼ਿਸ਼ ਜਾਰੀ ਹੈ। ਸ਼ਖਸਾਂ ਮੂਹਰੇ ਆਪਾਂ ਐਪਲੀਕੇਸ਼ਨਾਂ ਦਿੱਤੀਆਂ ਸਦਰ ਕੋਟਕਪੂਰਾ ਐਨ ਆਰ ਆਈ ਥਾਣੇ 'ਚ, ਖੱਜਲ ਖੁਆਰੀ ਤੋਂ ਬਿਨਾਂ ਕੁਛ ਨਹੀਂ ਹੋਇਆ। 2.5 ਮਹੀਨੇ ਮੈਨੂੰ ਆਏ ਨੂੰ ਹੋ ਗਏ ਜੀ, ਕੋਈ ਕਿਸੇ ਪਾਸੋਂ ਨਹੀਂ। ਹੁਣ ਉਹ ਦੋਸ਼ੀ ਕਣਕ ਵੱਢ ਕੇ ਲੈ ਗਏ, ਰਾਤ ਨੂੰ ਲੈ ਗਏ, ਹਥਿਆਰ ਬੰਦ ਹੋ ਕੇ ਲੈ ਗਏ। ਕੌਣ ਸੀ ਕਣਕ, ਕਿੰਨਾ ਨੇ ਬੀਜਣ ਲਈ? ਨੈਬ ਸਿੰਘ ਹੋਰੀ, ਨੈਬ ਸਿੰਘ ਦਾ ਪਰਿਵਾਰ ਜਿੰਨੇ ਵੀ ਹੈਗੇ ਉਹਦੇ ਨਾਲ ਬੰਦੇ, ਕੋਈ ਆਪਾਂ ਰਾਤ ਨੂੰ ਕਿਸੇ ਨੂੰ ਵੇਖ ਨਹੀਂ ਸਕਦੇ ਕਿਉਂ ਅੱਜ ਕੱਲ੍ਹ ਤੁਹਾਨੂੰ ਪਤਾ ਹਾਲਾਤ ਮਾੜੇ ਆ ਅਤੇ ਆਪਾਂ ਕਿਸੇ ਦੇ ਸਾਹਮਣੇ ਤਾਂ ਹੋ ਹੀ ਨਹੀਂ ਸਕਦੇ ਗੇ ਕਿਉਂ ਆਪਣੇ ਕੋਲ ਕੀ ਆ, ਇਕੱਲੇ ਬੰਦੇ ਆ ਆਪਾਂ। ਦਿਨੇ ਆਪਾਂ ਰਾਖੀ ਰੱਖਦੇ ਹੀ ਉੱਠ ਜਾਂਦੇ ਸੀਗੇ ਅਤੇ ਗੱਲਬਾਤ ਕਰਨ ਦੀ ਉਹਨਾਂ ਨੂੰ ਕਿਹਾ ਵੀ ਆਪਦੀ ਜਿਹੜੀ ਤੁਹਾਡੀ ਬਣਦੀ ਉਨੀ ਵੱਢ ਲਓ ਅਤੇ ਸਾਡੀ ਫਸਲ ਨਾ ਵੱਢਿਓ ਜੇ ਤੁਸੀਂ। ਤੂੰ ਵੀਰ ਕੇ ਵੱਢ ਕੇ ਲੈ ਗਏ, ਪਹਿਲਾਂ ਪ੍ਰਸ਼ਾਸਨ ਨੂੰ ਕਿਹਾ ਵੀ ਸਾਡਾ ਆਹ ਰੌਲਾ ਆ ਕਰ ਲਾ। ਫਿਰ ਮੇਰਾ ਪਹਿਲਾਂ ਇੱਥੇ ਸ਼ੈੱਡ ਸੀਗਾ ਵਿੱਚ ਸਮਾਨ ਸੀ, ਉਹ ਵੀ ਚੱਕਿਆ ਗਿਆ ਅਤੇ ਚਲੋ ਉਸ ਤੋਂ ਬਾਅਦ ਸਰਪੰਚ ਸਾਹਿਬ ਨੇ ਫੈਸਲਾ ਕਰਵਾ ਤਾ ਜਿਵੇਂ ਵੀ ਹੋਇਆ ਅਤੇ ਪਰ ਉਹਦੀ ਵੀ ਕਾਰਵਾਈ ਅੱਜ ਤੱਕ ਕੋਈ ਕਾਰਵਾਈ ਨਹੀਂ। ਪ੍ਰਸ਼ਾਸਨ ਮਿੱਠੇ ਹੁਣ ਇੰਨਾ ਚਿਰ ਅਸੀਂ ਕਿੰਨਾ ਚਿਰ ਰਹਿ ਸਕਦੇ, ਸਾਡੇ ਹੀ ਬੱਚੇ ਆ ਜੀ। ਤੁਸੀਂ ਦਰਖਾਸਤ ਕਿੱਥੇ ਕੇ ਦਿੱਤੀ ਸੀ? ਸਤਰ ਕੋਟਕਪੂਰਾ ਐਨ ਆਰ ਆਈ ਥਾਣਾ ਫਿਰੋਜ਼ਪੁਰ, ਕਿਸੇ ਨੇ ਕੋਈ ਸੁਣਵਾਈ ਸਾਡੀ ਨਹੀਂ ਕੀਤੀ ਜੀ। ਉੱਥੇ ਜਾ ਕੇ ਤੁਸੀਂ ਮੌਕੇ 'ਤੇ ਖੇਤ ਵੇਖ ਸਕਦੇ, ਤੁਹਾਨੂੰ ਆਪ ਹੀ ਪਤਾ ਲੱਗ ਗਿਆ ਵੀ ਰੌਲਾ ਮਸਲਾ ਕੀ ਹੈ। ਸਹੀ ਮਸਲਾ ਹੁਣ ਮੈਂ ਦਰਖਾਸਤ ਫਿਰ ਪਰਸੋਂ ਕਣਕ ਇਹਨਾਂ ਨੇ ਰਾਤ ਨੂੰ ਵੱਢ ਲਈ ਅਤੇ ਮੈਂ ਕਿਹਾ ਜੀ ਵੀ ਫੈਸਲੇ ਤੋਂ ਬਿਨਾਂ ਨਾ ਵੱਢੀ ਜਾਵੇ ਅਤੇ ਉਹ ਕਿਹਦੇ ਇਸ਼ਾਰੇ 'ਤੇ ਵੱਢੀ ਗਈ? ਪ੍ਰਸ਼ਾਸਨ ਦੇ ਇਸ਼ਾਰੇ ਤੋਂ ਬਿਨਾਂ ਤਾਂ ਨਹੀਂ ਵੱਢੀ ਗਈ, ਨਾਲ ਮਿਲੇ ਜੁੜੇ ਗਏ ਨਾ ਸਾਰੇ। ਨਹੀਂ ਬਾਪੂ ਜੀ, ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਵੀ ਤੁਹਾਡਾ ਰੌਲਾ ਕਿਹਦੇ ਨਾਲ ਚੱਲਦਾ ਅਤੇ ਕੀ ਰੌਲਾ ਚੱਲਦਾ? ਰੌਲਾ ਮੇਰੇ ਭਰਾ ਨਾਲ ਜੀ, ਮੇਰੀ ਜ਼ਮੀਨ ਮੰਨ ਲਓ ਵੀ ਜਿੰਨੀ ਸਾਡੇ ਪਿਓ ਨੇ 50 ਸੈਂਟ ਵੰਡ ਕੇ ਦਿੱਤੀ ਸੀ ਨਾ ਉਨੀ ਮਿਲ ਰਹੀ ਆ, ਉਲਟਾ ਮੇਰੇ 'ਤੇ ਝੂਠੀਆਂ ਦਰਖਾਸਤਾਂ ਐਲੀਗੇਸ਼ਨਾਂ ਲਾ ਕੇ ਮਾਰਨ ਦੀਆਂ ਧਮਕੀਆਂ। ਇੱਕ ਵਾਰੀ ਜੀਪ ਵੀ ਇੱਥੇ ਮੈਂ ਪਿੱਛੇ ਆਇਆ ਉਦੋਂ ਚੜ੍ਹਾਉਣ ਦੀ ਕੁਛ ਕਾਫੀ, ਮੰਨ ਲਓ ਕੀ ਦੱਸ ਸਕਦੇ ਹਾਂ? ਤੁਹਾਡੇ ਭਰਾ ਹੀ ਤੁਹਾਡੇ 'ਤੇ ਹਮਲਾ ਕਰਾ ਰਹੇ ਹਾਂ? ਭਰਾ ਫਿਰ ਉਹ ਡਲੇ ਮਿਲੇ ਆ ਨਾ ਸਾਰੇ ਬੰਦੇ, ਉਹਨਾਂ ਦੀ ਕੀ ਇੱਛਾ ਗੱਲ ਦਾ ਆਪਾਂ ਨੂੰ ਇਸ ਗੱਲ ਦਾ ਕੀ ਪਤਾ? ਇਹ ਐਨ ਆਰ ਆਈ ਗੁਰਭੇਜ ਸਿੰਘ ਹੈ ਜੀ, ਇਹਦਾ ਭਰਾ ਦੇ ਨਾਲ ਜ਼ਮੀਨ ਦਾ ਰੌਲਾ ਚੱਲਦਾ, ਉਹ ਕਣਕ ਵੱਢਣ ਪਿੱਛੇ ਇਹਨਾਂ ਦਾ ਰੌਲਾ ਪਿਆ ਸੀਗਾ। ਇਹ ਕਹਿੰਦਾ ਮੇਰੀ ਹੈ, ਇਹਨਾਂ ਨੂੰ ਕਿਹਾ ਭਰਾਵਾਂ ਨੂੰ ਵਾਹ ਕੇ ਤੁਹਾਡਾ ਹੱਲ ਕਰਾ ਦਾਂਗੇ, ਇਹ ਟੈਂਕੀ 'ਤੇ ਚੜ੍ਹ ਗਿਆ ਜੀ, ਉਹਦੇ ਕਰਕੇ ਟੈਂਕੀ 'ਤੇ ਚੜ੍ਹਿਆ। ਮੇਰੀ ਕਣਕ ਕਿਉਂ ਵੱਢੀ? ਇਹਨੂੰ ਥੱਲੇ ਤਾਰ ਰਹੇ ਹਾਂ ਜੀ, ਥੱਲੇ ਤਾਰ ਕੇ ਇਹਨਾਂ ਦਾ ਭਰਾਵਾਂ ਦਾ ਸਮਝੌਤਾ ਕਰਾਵਾਂਗੇ। ਜਾਗਤੀ ਲੈਣ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ।